ਅੱਜ ਟਰਾਂਸਪੋਰਟੇਸ਼ਨ ਮਿਨਿਸਟਰੀ ਵੱਲੋਂ ਅਨਾਊਂਸਮੈਂਟ ਆਈ ਹੈ ਕਿ ਕੁਝ ਜਿਹੜੇ ਐਲੀਮੈਂਟਸ ਹੈਗੇ ਜੀ ਟੈਸਟ ਦੇ ਵਿੱਚੋਂ ਰਿਮੂਵ ਕਰ ਦਿੱਤੇ ਜਾਣ। ਉਹ ਹੈਗਾ 3.1 ਰੋਡ ਸਾਈਡ ਐਮਰਜੈਂਸੀ ਸਟੋਪ ਅਤੇ ਪੈਰਲਲ ਪਾਰਕਿੰਗ। ਇਹ ਜਿਹੜੇ ਚੇਂਜਿਸ ਆ ਇਹ ਟੈਂਪਰੇਰੀ ਆ ਅਤੇ 31 ਮਾਰਚ ਤੱਕ ਰਹਿਣਗੇ, ਕਿਉਂਕਿ ਕਰੋਨਾ ਕਰਕੇ ਜਿਹੜੀ ਅਪੁਆਇੰਟਮੈਂਟਸ ਹੈਗੀਆਂ ਬਹੁਤ ਜ਼ਿਆਦਾ ਹੈਗੀਆਂ, ਇਹਨਾਂ ਕੋਲ ਬੈਕਲੋਗ ਬਹੁਤ ਜ਼ਿਆਦਾ ਇਕੱਠਾ ਹੋਇਆ ਪਿਆ ਅਤੇ ਇਹਨਾਂ ਕੋਲ ਬੰਦੇ ਨਹੀਂ ਹੈਗੇ ਕਿ ਟੈਸਟ ਕਰਾ ਸਕਣ। ਜਿਹੜਾ ਟੈਸਟ ਹੁਣ ਅੱਧੇ ਘੰਟੇ ਦਾ ਹੁੰਦਾ ਸੀ ਉਹ ਸਿਰਫ 15 ਮਿੰਟ ਦਾ ਰਹਿ ਗਿਆ ਹੈਗਾ। ਤੁਹਾਨੂੰ ਸਿਰਫ ਹਾਈਵੇ 'ਤੇ ਲੈ ਕੇ ਜਾਇਆ ਜਾਊਗਾ ਅਤੇ ਲੈਫਟ ਟਰਨ ਰਾਈਟ ਟਰਨ ਵਗੈਰਾ ਕਰਵਾਏ ਜਾਣਗੇ। ਇਹ ਜਿਹੜੀਆਂ ਤਿੰਨੋਂ ਚੀਜ਼ਾਂ ਇਹ ਨਹੀਂ ਕਰਵਾਈਆਂ ਜਾਣਗੀਆਂ ਕਿਉਂਕਿ ਇਹ ਆਲਰੇਡੀ G2 ਦੇ ਵਿੱਚ ਕਰਵਾਈਆਂ ਜਾਂਦੀਆਂ ਨੇ, ਰੋਡ ਸਾਈਡ ਐਮਰਜੈਂਸੀ ਸਟੋਪ ਅਤੇ ਪੈਰਲਲ ਪਾਰਕਿੰਗ ਅਤੇ 3.1। ਸੋ ਜੇ ਤੁਸੀਂ ਓਂਟਾਰੀਓ ਦੇ ਵਿੱਚ ਹੋ ਅਤੇ ਜੀ ਟੈਸਟ ਬੁੱਕ ਕਰਨਾ ਚਾਹੁੰਦੇ ਹੋ ਤਾਂ ਇਹੀ ਸੁਨਹਿਰੀ ਮੌਕਾ ਵਾ ਅਤੇ ਤੁਸੀਂ ਈਜ਼ੀਲੀ ਪਾਸ ਕਰ ਜਾਓਗੇ। ਥੈਂਕ ਯੂ।